ਸਰਵਣ ਸਿੰਘ ਪੰਧੇਰ ਦੋਵਾਂ ਫੋਰਮਾਂ ਵੱਲੋਂ ਹਰਿਆਣੇ ਦੇ ਬਾਰਡਰਾਂ 'ਤੇ ਅੰਦੋਲਨ ਚੱਲਦੇ ਨੂੰ 110 ਦਿਨ ਹੋ ਗਏ। ਹਰਿਆਣੇ ਦੇ ਬਾਰਡਰਾਂ 'ਤੇ ਕਿਉਂ? ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦਿੱਤਾ ਔਰ ਸਾਨੂੰ ਰੋਕਣ ਲਈ ਲਗਭਗ 3-4 ਨੈਸ਼ਨਲ ਹਾਈਵੇ ਪੰਜਾਬ ਦੇ ਉਹਨਾਂ 'ਤੇ ਦੀਵਾਰਾਂ ਕੱਢੀਆਂ ਹੋਈਆਂ ਵਾਂ ਔਰ ਕਿੱਲਾਂ ਦੀ ਫਸਲ ਉਗਾਈ ਹੋਈ ਆ ਅਤੇ ਅਰਧ ਸੈਨਿਕ ਫੋਰਸ ਉੱਥੇ ਖੜ੍ਹੇ ਹੈਗੇ ਆ ਔਰ ਸਾਡੇ 'ਤੇ ਜਿਹੜਾ ਜਬਰ ਕੀਤਾ ਉਹ ਜਬਰ ਦੇ ਵਿੱਚ SLR ਦੀਆਂ ਗੋਲੀਆਂ ਚਲਾਈਆਂ ਗਈਆਂ, 12 ਬੋਰ ਦੀਆਂ ਗੋਲੀਆਂ, ਰਬੜ ਦੀਆਂ ਗੋਲੀਆਂ, ਹੰਝੂ ਗੈਸ ਅਤੇ ਜ਼ਹਿਰੀਲੀਆਂ ਗੈਸਾਂ ਪੁਲਿਸ ਅਰਧ ਸੈਨਿਕ ਫੋਰਸ ਅਤੇ RS ਦੇ ਗੁੰਡੇ ਬਾਰਡਰਾਂ ਦੇ ਅੰਦਰ ਵੜ ਕੇ ਸਾਡੇ ਟਰੈਕਟਰ ਸਾਡੀਆਂ ਮਸ਼ੀਨਰੀਆਂ ਤੋੜ ਕੇ ਗਏ ਆ। ਉਹਦੇ ਵਿੱਚ ਅਸੀਂ ਸ਼ਹੀਦ ਸੁਭਕਰਨ 22 ਸਾਲ ਦਾ ਨੌਜਵਾਨ ਜਿਹਨੂੰ ਮੋਦੀ ਸਰਕਾਰ ਨੇ ਗੋਲੀ ਮਾਰੀ ਉਹ ਸ਼ਹੀਦ ਹੋ ਗਿਆ। 450 ਕਿਸਾਨ ਜ਼ਖਮੀ ਹੋਇਆ ਵਾ, ਬਹੁਤ ਸਾਰਿਆਂ ਦੀਆਂ ਅੱਖਾਂ ਅਤੇ ਲੱਤਾਂ ਬਾਹਾਂ ਦਾ ਨੁਕਸਾਨ ਹੋ ਗਿਆ ਵਾ। ਇਹ ਕਿਉਂ ਕੀਤਾ ਗਿਆ? ਵੀ ਜਿਹੜੀ ਪਿਛਲੇ 10 ਸਾਲਾਂ ਵਿੱਚ ਨਾਗਪੁਰ ਤੋਂ ਦਿਸ਼ਾ ਨਿਰਦੇਸ਼ਿਤ ਨਫ਼ਰਤ ਦੀ ਰਾਜਨੀਤੀ ਹੋ ਰਹੀ ਆ ਉਹਦਾ ਸਭ ਤੋਂ ਵੱਡਾ ਸਬੂਤ ਹਰਿਆਣੇ ਦੇ ਬਾਰਡਰਾਂ 'ਤੇ ਮਿਲਿਆ ਹੈਗਾ। ਔਰ ਸਾਡਾ ਕਸੂਰ ਕੀ ਸੀਗਾ? ਅਸੀਂ ਦੇਸ਼ ਦੀ ਸੱਤਾ ਦੇ ਸਾਹਮਣੇ, ਮੋਦੀ ਸਰਕਾਰ ਦੇ ਸਾਹਮਣੇ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਰੱਖੀ, ਇਹ ਕਸੂਰ ਸੀ? ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਤੁਸੀਂ ਕਾਰਪੋਰੇਟਾਂ ਦਾ 14,57,000 ਕਰੋੜ ਦਾ ਕਰਜ਼ਾ ਮਾਫ਼ ਕਰਤਾ, ਸਾਡੇ ਬਾਰੇ ਕਿਉਂ ਨਹੀਂ ਹੈਗਾ? ਤੁਹਾਡਾ ਵਾਅਦਾ ਵੀ ਸੀ। ਅਸੀਂ ਇਹ ਮੰਗ ਰੱਖੀ ਵੀ ਲਖੀਮਪੁਰ ਖੀਰੀ ਦੇ ਜਿਹੜਾ ਕਾਤਲ ਅਜੇ ਮਿਸ਼ਰਾ ਟੈਣੀ ਉਹਨੂੰ ਸਜ਼ਾ ਦਿਓ, ਤੁਸੀਂ ਟਿਕਟ ਦੇ ਕੇ ਨਿਵਾਜਤਾ। ਇਹ ਸਾਡਾ ਕਸੂਰ ਸੀ? ਸਾਡਾ ਇਹ ਕਸੂਰ ਸੀ ਵੀ ਅਸੀਂ ਗਰੀਬ ਮਜ਼ਦੂਰ ਲਈ 200 ਦਿਨ ਰੁਜ਼ਗਾਰ ਮੰਗ ਰਹੇ ਹਾਂ, 700 ਦਿਹਾੜੀ ਮੰਗ ਰਹੇ ਹਾਂ, ਤਾਂ ਸਾਡੇ 'ਤੇ ਜ਼ੁਲਮ ਕੀਤੇ ਗਏ। ਭਰਾਵੋ, ਵੋਟਾਂ ਜਿੱਥੇ ਮਰਜ਼ੀ ਪਾਇਓ ਪਰ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਹੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਆ ਪੰਜਾਬ ਵਿੱਚ, ਸਾਨੂੰ ਧਮਕੀਆਂ ਦੇ ਰਹੇ ਆ, ਕਹਿੰਦੇ 1 ਜੂਨ ਨੰਘ ਲੈਣ ਦਿਓ, ਤੁਹਾਡੇ ਨਾਲ ਵੇਖਾਂਗੇ, ਕਹਿੰਦੇ ਤੁਹਾਨੂੰ ਡਿਬੜੂਗੜ੍ਹ ਭੇਜ ਦਾਂਗੇ, ਇਹ ਦਾਅਵੇ ਠੋਕ ਰਹੇ ਸਾਡੇ ਖਿਲਾਫ, ਤੁਸੀਂ ਦੇਖ ਲਿਓ। ਔਰ ਯਾਦ ਰੱਖਿਓ, 110 ਦਿਨ ਤੋਂ ਦੇਸ਼ ਦਾ ਕਿਸਾਨ ਮਜ਼ਦੂਰ ਤਕਰੀਬਨ ਇਹ ਵੇਲੇ 46-47 ਡਿਗਰੀ ਟੈਂਪਰੇਚਰ ਵਿੱਚ ਉੱਥੇ ਤੁਹਾਡੇ ਲਈ, ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰ ਰਿਹਾ ਹੈਗਾ। ਮੈਂ ਪੰਜਾਬ ਦੇ ਵਪਾਰੀਆਂ ਨੂੰ ਯਾਦ ਕਰਾਊਂਗਾ ਵੀ ਕਰੋਨਾ ਕਾਲ ਦੇ ਵਿੱਚ ਜਦੋਂ ਵਪਾਰ ਸਾਰਾ ਖਤਮ ਕਰ ਦਿੱਤਾ ਗਿਆ, ਅਜੇ ਤੱਕ ਤੁਹਾਨੂੰ ਧੇਲਾ ਨਹੀਂ ਦਿੱਤਾ ਗਿਆ, ਇਹ ਉਜਾੜਾ ਯਾਦ ਰੱਖਿਓ ਕਿੰਨਾ ਨੇ ਕੀਤਾ ਸੀ। ਪ੍ਰਵਾਸੀ ਮਜ਼ਦੂਰ ਜਦੋਂ ਪੰਜਾਬ 'ਚੋਂ ਜਾ ਰਹੇ ਸੀ, ਜਿਵੇਂ ਹਰਿਆਣੇ ਦੇ ਬਾਰਡਰ 'ਤੇ ਉਹਨਾਂ ਨੂੰ ਪੁਲਿਸ ਨੇ ਡਾਂਗ ਫੇਰ ਕੇ ਪਸ਼ੂਆਂ ਵਾਂਗ ਪੰਜਾਬ 'ਚ ਧੱਕਿਆ ਸੀ, ਇਹ ਗੱਲ ਵੀ ਯਾਦ ਰੱਖਿਓ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਨੀਤੀ, ਰੁਜ਼ਗਾਰ ਖੋਣ ਦੀ ਨੀਤੀ ਬਣਾ ਰਹੇ, ਉਹ ਨੀਤੀ ਖਤਮ ਹੋਣੀ ਚਾਹੀਦੀ ਆ। ਖੇਤੀ ਸੈਕਟਰ, ਸਾਡੀ ਮੰਡੀ ਕਾਰਪੋਰੇਟਾਂ ਦੇ ਹਵਾਲੇ ਜਿਹੜੇ ਕਰਨ ਜਾ ਰਹੇ ਆ, ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਇੱਥੋਂ ਤੱਕ
ਵੀ ਜਿਹੜੇ ਆਪਣੀਆਂ ਵੋਟਾਂ ਵਾਸਤੇ ਹਿੰਦੂਆਂ ਸਿੱਖਾਂ ਦੀ ਭਾਈਚਾਰਕ ਸਾਂਝ 'ਚ ਪਾੜਾ ਪਾ ਰਹੇ ਆ ਉਹਨਾਂ ਨੂੰ ਧਿਆਨ 'ਚ ਰੱਖਿਓ। ਜਿਹੜੇ ਦਲਿਤਾਂ ਸਵਰਨਾਂ ਨੂੰ ਆਪੋ 'ਚ ਉਹਦੀ ਲੜਾਉਣ ਬਾਰੇ ਸੋਚ ਰਹੇ ਆ ਉਹਨਾਂ ਬਾਰੇ ਧਿਆਨ 'ਚ ਰੱਖਿਓ। ਵੋਟਾਂ ਜਿੱਥੇ ਮਰਜ਼ੀ ਪਾਇਓ, 2 ਜੂਨ ਨੂੰ ਪੰਜਾਬ ਦੇ ਵਿੱਚੋਂ ਉੱਤਰ ਭਾਰਤ ਦੇ ਰਾਜਾਂ ਤੋਂ ਵੱਡੇ ਜਥੇ ਸ਼ੰਭੂ, ਖਨੌਰੀ ਅਤੇ ਹੋਰਨਾਂ ਬਾਰਡਰਾਂ ਨੂੰ ਜਾਣਗੇ ਟਰੈਕਟਰ ਟਰਾਲੀਆਂ ਲੈ ਕੇ। ਵੱਧ ਤੋਂ ਵੱਧ ਜਿਹੜਾ ਵਾ ਉਹਦੇ ਵਿੱਚ ਸਹਿਯੋਗ ਦਿਓ। ਧੰਨਵਾਦ।